ਬਾਬਾ ਜੀ ਅੱਜ ਦੇ ਜਿਹੜੇ ਬੰਦ ਦੇ ਬਾਰੇ ਚ ਤੁਹਾਡਾ ਕੀ ਕਹਿਣਾ ਹੈ? ਸਾਡਾ ਕਹਿਣਾ ਇਹ ਆ ਕਿ ਇਹ ਤੇ ਸਮਾਜ ਸੇਵੀ ਸੀ। ਹਾਂਜੀ, ਗੁਰੂ ਰਵਿਦਾਸ ਜੀ ਸਮਾਜ ਸੇਵੀ ਸੀਗੇ, ਜੋ ਕੁਝ ਕਰਮ ਕਰ ਰਹੇ ਸੀ ਸਮਾਜ ਵਾਸਤੇ, ਦੇਸ਼ ਵਾਸਤੇ। ਲੇਕਿਨ ਇਹਨਾਂ ਲੋਕਾਂ ਨੇ ਇੱਕ ਮਜ਼ਾਕ ਬਣਾ ਲਿਆ। ਪਰਮੇਸ਼ੁਰ ਦੀ ਕਿਰਪਾ ਜਿਹੜੀ ਉਹ ਪਰਮੇਸ਼ੁਰ ਦੇ ਕੋਲ ਆ। ਇਹਨਾਂ ਲੋਕਾਂ ਨੂੰ ਚਾਹੀਦਾ ਸਹਿਯੋਗ ਦੇਣਾ, ਜਿੰਨੇ ਪੁਰਾਣੇ ਧਾਰਮਿਕ ਸਥਾਨ। ਲੇਕਿਨ ਇਹ ਸਾਡੀ ਸਰਕਾਰ ਥੋੜ੍ਹੇ ਜਿਹੇ ਗਲਤ ਜਾ ਰਹੀ ਹੈ। ਮੈਂ ਬਹੁਤਾ ਕੁਛ ਕਹਿ ਨਹੀਂ ਸਕਦਾ, ਕਾਰਨ ਵੀ ਮੇਰੀ ਸਿਹਤ ਨਹੀਂ ਕੰਮ ਹੋ ਰਹੀ। ਬਾਬਾ ਜੀ ਕੀ ਮੰਗ ਹੈ? ਮੰਗ ਸਾਡੀ ਹੈ ਵੀ ਉਹ ਮੰਦਰ ਮੁੜ ਕੇ ਬਣਨਾ ਚਾਹੀਦਾ, ਮੰਦਰ ਦੁਆਰਾ ਬਣਾਇਆ ਜਾਵੇ। ਮੰਦਰ ਦੁਬਾਰਾ ਬਣ ਜਾਏ, ਸੰਗਤ ਇਸੇ ਤਰ੍ਹਾਂ ਫਿਰ ਆਉਣ ਜਾਣ ਲੱਗ ਜਾਏ। ਬਾਬਾ ਜੀ ਕਿਹਨੂੰ ਦੋਸ਼ੀ ਮੰਨਦੇ? ਦੇਖੋ, ਦੋਸ਼ ਦੇ ਅਸੀਂ ਆਪ ਹੀ ਆ, ਕਿਸੇ ਨੂੰ ਅਸੀਂ ਕੀ ਕਹਿਣਾ? ਜਦੋਂ ਅਸੀਂ ਪਹਿਲਾਂ ਨੇ ਸਾਂਭੀ ਵਸਤੂ, ਦੂਸਰੇ ਨੂੰ ਕੋਈ ਦੋਸ਼ ਦਈਏ? ਸਾਡਾ ਆਪਣਾ ਦੋਸ਼ ਆ। ਬਾਕੀ ਰਹੀ ਗੱਲ ਹੈ ਸਮਾਜ ਦੀ ਜਾਂ ਤੁਸੀਂ ਸਾਡੇ ਸਭ ਸੁਸਾਇਟੀਆਂ ਦੀ, ਇਹ ਉਹਨਾਂ ਦੇ ਕੰਮ ਜਿਹੜੇ ਆ ਉਹ ਕਿਸੇ ਤਰੀਕੇ ਤੱਕ ਉਹਨਾਂ ਦੇ ਠੀਕ ਆ। ਲੇਕਿਨ ਜਿੱਥੇ ਤੱਕ ਸਾਡਾ ਸਮਾਜ ਦਾ ਕੰਮ ਆ, ਗੁਰੂਆਂ ਦਾ ਕੰਮ ਆ, ਗੁਰੂਆਂ ਨੂੰ ਆਪਣੀ ਜਗ੍ਹਾ 'ਤੇ ਰਹਿਣ ਦੇਣਾ ਚਾਹੀਦਾ। ਇਹ ਬਾਬਾ ਜੀ ਸੀਗੇ ਜਿਨ੍ਹਾਂ ਨੂੰ ਕਿ ਇੰਨਾ ਕੁ ਜ਼ਿਆਦਾ ਦੁੱਖ ਹੋਇਆ ਕਿ ਬਾਬਾ ਜੀ ਦੇ ਹੰਝੂ ਜੋ ਕੀ ਆ ਰੁਕਿਆ ਰੁਕ ਨਹੀਂ ਰਹੇ, ਅਤੇ ਸੰਗਤਾਂ ਵਿੱਚ ਇੰਨਾ ਭਾਰੀ ਰੋਸ਼ ਹੈ, ਇੰਨੇ ਜ਼ਿਆਦਾ ਮਨੋ ਦੁਖੀ ਹਨ ਕਿ ਲੋਕ ਸੜਕਾਂ 'ਤੇ ਉਤਰੇ ਹੋਏ ਅਤੇ ਮਰਨ ਮਰਾਉਣ ਲਈ ਤਿਆਰ ਹਨ, ਅਤੇ ਸੰਗਤ ਜੋ ਹੈ ਸਰਕਾਰਾਂ ਨੂੰ ਕੋਸ ਰਹੀ ਹੈ।